ਤੇ ਮੈਂ ਇੰਨਾ ਉੱਚਾ ਹੋ ਗਿਆ ਬੋਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਦੀਪ ਤੁਸੀਂ ਦੇਖ ਰਹੇ ਹੋ ਪ੍ਰਦੀਪ ਬਲਾਓ ਯਾ ਤੇ ਮੈਨੂੰ ਚੜ ਰਹੀ ਹੈ ਖੱਲੀ ਕਾਗਰ ਕੋ ਖੜਾ ਹੋ ਜਾਓ ਵਾਸਤੇ ਤੇ ਸਨਰੂਫ ਵਾਲੀ ਫੀਲਿੰਗ ਆ ਰਹੀ ਆ ਪਰ ਕੋਈ ਵੀ ਟਰਾਈ ਨਾ ਕਰੋ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਹੋਇਆ ਤਾਂ ਹੋਇਆ ਕੀ ਵੀ ਅਸਲ 'ਚ ਕਹਾਣੀ ਕੀ ਹੈ ਦੇਖੋ ਮੈਂ ਨਾ ਕ੍ਰਿਕਟ ਖੇਡਦਾ ਇਹਨਾਂ ਨਾਲ ਚੁੱਪੂਆਂ ਲਵਾਈ ਉਹਨਾਂ ਤੇ ਬਲੈਕੀਆਂ ਨਾਲ ਤੇ ਕ੍ਰਿਕਟ ਮੈਂ ਖੇਡ ਕੇ ਮੈਂ ਆਇਆ ਕਿਉਂਕਿ ਸੀ ਲਵਾਇਆ ਨਵਾਂ ਵਾਈਫਾਈ ਤੇ ਉਹ ਜਦ ਮੈਂ ਆ ਕੇ ਦੇਖਿਆ ਚੱਲਦਾ ਹੀ ਨਹੀਂ ਹੈਗਾ ਉਹ ਬੰਦ ਹੋਇਆ ਖਾਨੀ ਸਾਰਿਆਂ ਨੇ ਬੰਦ ਹੋਇਆ ਕਿਤੇ ਬਾਹਰ ਕੁਝ ਖਰਾ ਤਾਰ ਪਰ ਆਫ ਦਾ ਟੋਪਿਕ ਕਿਉਂ ਜਾਂਦਾ ਮੈਂ ਤੇ ਜਦੋਂ ਬਾਈ ਮੈਂ ਬਾਹਰ ਨਿਕਲਣ ਲੱਗਿਆ ਮੈਂ ਦੇਖਿਆ ਵੀ ਆ ਕੰਚ ਦੇ ਟੁਕੜੇ ਪੈਣ ਲਾ ਲਿਓ ਲਾਈਟ ਵਰਗੇ ਨੇ ਮੈਂ ਕਿਹਾ ਹਾਂ ਨਾ ਇਹ ਉਹਦੇ ਕਿੱਥੇ ਪੈਣ ਤੇ ਮੈਂ ਘੁੰਮ ਕੇ ਦੇਖਿਆ ਵੀ ਇਹੀ ਤਾਂ ਲਾਈਟ ਹੁੰਦੀ ਆ ਦੇਖਿਆ ਲਾਈਟ ਨਹੀਂ ਹੈਗੀ ਫਿਰ ਮੈਂ ਪੁੱਛਿਆ ਵੀ ਕੀ ਹੋ ਗਿਆ ਫਿਰ ਮੇਰਾ ਬਾਪੂ ਕਹਿੰਦਾ ਵੀ ਗੇਟ 'ਚ ਵੱਜਿਆ ਵੀ ਫੁੱਟ ਗਈ ਲਾਈਟ ਹੁਣ ਮੈਂ ਸੋਚ ਲਿਆ ਵੀ ਚਲੋ ਆਪਾਂ ਹੁਣ ਲਾਈਟ ਪਾਉਣ ਜਾਣੇ ਤਾਂ ਹੈਗੀ ਆ ਨਾਲ ਪਾਰਟੀ ਵੀ ਕਰਦੇ ਨੇ ਵਾਈਫਾਈ ਦੀ ਤੇ ਪਾਉਣੇ ਜਾਣੇ ਤੇ ਕਾਫੀ ਉਹਨਾਂ ਨੂੰ ਕਮੈਂਟ ਆਉਂਦਾ ਵੀ ਪੁਰਾਣੇ ਮਾਡਲ ਦੀ ਲਾਈਟ ਲਾਓ ਜੇ ਪੁਰਾਣੇ ਮਾਡਲ ਦੀ ਪਹਿਲਾਂ ਉਹੀ ਲਵਾ ਦਾਂਗੇ ਚੱਲ ਕਿਉਂਕਿ ਬਹੁਤ ਕਮੈਂਟ ਆਉਂਦੇ ਨੇ ਤੁਸੀਂ ਕਹਿਣਾ ਤਾਂ ਹੁਣ ਲਵਾ ਦਾਂਗੇ ਕੋਈ ਇੱਥੇ ਲਾਈਟ ਭੰਨੀ ਗਈ ਤਾਂ ਐਡਾ ਖਾਸ ਚੱਕਰ ਨਹੀਂ ਕਿਉਂਕਿ ਸਿਰਫ 50 ਰੁਪਏ ਦੀ ਪੈ ਜਾਂਦੀ ਆ ਕੰਪਨੀ ਵੱਲੋਂ ਵੀ ਇਥੋਂ ਵੀ ਹਾਂ ਜੇ ਬੜਾ ਕੋ ਭੰਨਿਆ ਜਾਵੇ ਫਿਰ ਸਵਾਦ ਵੀ ਆਵੇ ਜਾਣੀ ਟੈਂਕੀ ਡੂਕੀ ਭੰਨੀ ਆ ਫਿਰ ਆਪਣਾ ਆਇਆ ਵੀ ਦਿਲ ਟੁੱਟ ਜਾਂਦਾ ਐਂ ਤੁਹਾਨੂੰ ਪਤਾ ਪਿਛਲੇ ਵਲੌਗ ਤੇ ਦੇਖਿਆ ਯਾਰ ਦੇਖੋ ਕਿੱਡਾ ਬੜਾ ਰੰਗ ਲਾ ਰਿਹਾ ਆ ਪਤਾ ਤਾਂ ਮੈਨੂੰ ਪਤਾ ਕਿਵੇਂ ਲੱਗਾ ਕਿ ਥੱਲੇ ਹੋਰ ਆ ਪਤਾ ਨਹੀਂ ਕਿਵੇਂ ਲੱਗ ਗਿਆ ਚਲੋ ਮਾਰੋ ਗੋਲੀ ਉਹ ਪੇਚਕਸ ਮਾਰਿਆ ਹੋਊਗਾ ਹੋਰ ਤੇ ਆਹ ਵਾਲੀ ਲਾਈਟ ਹੁਣ ਆਪਾਂ ਦੇਖਦੇ ਆ ਲੈ ਕੇ ਤਾਂ ਵੈਸੇ ਮੈਨੂੰ ਸੋਹਣੀ ਤਾਂ ਆਹੀ ਵਾਲੀ ਲੱਗਦੀ ਆ ਨਵੀਂ ਪਰ ਕਮੈਂਟਾਂ ਆਉਂਦੇ ਨੇ ਵੀ ਹੋਰ ਵਾਲੀ ਚਲੋ ਉਹ ਵੀ ਦੇਖ ਲੈਣਾ ਕਿਵੇਂ ਦੀ ਲੱਗਦੀ ਆ ਕੀ ਜੇ ਪਰ ਉਹ ਤੋੜਦਾ ਕਿਵਾ ਲੈ ਫੜ ਲੈ ਮਾਰਿਆ ਕਿਨੂੰ ਮਾਰਿਆ ਤੋੜ ਪਟਾਰੇ ਸਾਲੇ ਨੂੰ ਤੂੰ ਮੇਰੇ ਬੁੱਟਦੇ ਵਾਲਾ ਜਾਨ ਤੇ ਪੈਰਾ ਉਲਟਾ ਮੇਰਾ ਇਹ ਲੈਣਾ ਸੌਖਾ ਨਹੀਂ ਹੈਗਾ ਕਈ ਮੁੰਡਿਆਂ ਦਾ ਡ੍ਰੀਮ ਇਹ ਮੇਰਾ ਵੀ ਕਿੰਨੇ ਸਾਲ ਰਿਹਾ ਮਸਾਂ ਮਿਲਿਆ ਮੈਨੂੰ ਇਹ ਇਹਨੂੰ ਨਾਤਰੀ ਮਾਰਨੀ ਸੌਰੀ ਜੀ ਇਹਦੇ ਪੈਰ ਕਿਹੜੇ ਨਾ ਹੀ ਨਹੀਂ ਚੱਲ ਚੱਲ ਘੁਮਾ ਦੇ ਬ੍ਰੋ ਫੋਨ ਨਾ ਮਾਰੀ ਭੁਲੇਖੇ ਪਹਿਲੀ ਸਕਰੀਨ ਹੀ ਹੈਗੀ ਤੇਰੇ ਗੱਲ ਪੈਣ ਆ ਸਾਰੇ ਹੀ ਖਤਰੋਂ ਕੇ ਖਿਲਾੜੀ ਫੋਨ ਫੜਾ ਲੈ ਭਰਾ ਫੋਨ ਜੇਬ ਚ ਪਾ ਇਹਦੇ ਭੁਲੇਖੇ ਜਿਹੀ ਚੱਲਿਆ ਹੋਇਆ ਚੱਕੀ ਦੁਬਾਰਾ ਸਿੱਟ ਦੁਬਾਰਾ ਸਿੱਟ ਓਏ ਤੂੰ ਚੱਲੀ ਇੱਥੇ ਕੇ ਮਾਰਿਆ ਦੀਗਾ ਰੱਬ ਰੋ ਸਾਨੂੰ ਬੜੀ ਛੇਤੀ ਮੰਗਣਾ ਦੀ ਪਖੰਡ ਕਰੋ ਸਵਾਦ ਜਾ ਗਿਆ ਨਾ ਅੱਗੇ ਮੇਰੀ ਲਾਈਟ ਟੁੱਟ ਗਈ ਸੀਗੀ ਫਿਰ ਮੈਂ ਆਹ ਦੂਜੀ ਲਾਈਟ ਆ ਮੇਰੀ ਹੁਣ ਮੈਂ ਤੀਜੀ ਲੈਣ ਆ ਰਿਹਾ ਔਰ ਉਹ ਵੀ ਮੈਂ ਲੈਣਾ ਦੇਖਦਾ 50 ਰੁਪਏ ਪਈ ਆ ਨਵੇਂ ਮਾਡਲ ਆ ਰਹੀ ਆ ਪੁਰਾਣੇ ਵਾਲੀ ਕਹਿੰਦਾ ਚੌਰ ਸੀ ਕਿਆ ਆ ਬਹੁਤ ਠੀਕ ਆ ਕਿੰਨੇ ਦੀ ਆ ਕਿਹਦਾ ਹੈਗਾ ਨਾ ਫਿਰ ਵੀ ਪੁਰਾਣੀਆਂ ਦੀ ਲਾਈਟ ਬਦਲ ਨਾੜ ਵੀ ਠੀਕ ਆ ਵਿੱਚ ਪਤਾ ਨਹੀਂ ਸਿਲੀਕਾ ਜੈਲ ਜੇ ਕਿਉਂ ਦਿੰਦੇ ਹੁੰਦੇ ਨੇ ਇਹ ਜਿਹੜਾ ਪਾਣੀ ਪੂਣੀ ਅੰਦਰ ਨਾ ਜੰਮੇ ਫਿਰ ਉਹਦੇ ਕਰਕੇ ਵੀ ਖਰਾਬ ਨਾ ਹੋਵੇ ਅੱਛਾ ਹੈ ਜਾ ਕੁਛ ਹੁੰਦਾ ਚੁੱਪ ਲਵਾਈ ਕਹਿੰਦੇ ਕੰਮ ਕਰਨ ਲੱਗ ਗਏ ਕਹਿੰਦੇ ਮਕੈਨਿਕ ਇੱਥੇ ਰੱਖ ਲੈ ਚੂਰਾ ਚੂਰ ਕਰ ਦੇਣੀ ਮੈਂ ਜਦੀ ਹਾਂ ਲਾ ਕੇ ਕਰ ਸਕਦਾ ਨਹੀਂ ਹੋਏ ਕਿਸੇ ਦੇ ਘਰੇ ਤੋਂ ਕਿਸੇ ਦੀ ਦੁਕਾਨ ਮੂਹਰੇ ਗੰਦ ਨਹੀਂ ਪਾਉਣਾ ਮਾੜੇ ਮੋਟੇ ਮੈਨਰਸ ਸਿੱਖ ਲਓ ਬਲੈਕੀ ਰਬੜਾਂ ਕੱਢ ਲਈ ਰਬੜਾਂ ਜ਼ਰੂਰੀ ਨੇ ਨਵੀਆਂ ਆਉਂਦੀਆਂ ਨਹੀਂ ਨਵੀਆਂ ਚਾਹੁੰਦੇ ਨਹੀਂ ਹੈਗੇ ਰਬੜਾਂ ਨਹੀਂ ਰੱਖੀ ਰਬੜ ਵੀ ਦੇਣੀ ਚਾਹੀਦੀ ਇਹਨਾਂ ਨੂੰ ਹਨਾ ਕੱਢਾਂ ਖਿੱਚ ਕੇ ਨਿਕਲਣਗੀਆਂ ਇਹ ਨਟ ਨਹੀਂ ਹੈਗਾ ਪ੍ਰਾਣੀ ਨੂੰ ਪ੍ਰਾਣੀ ਨੂੰ ਪਾ ਦਿਓ ਮੈਂ ਕਲੈਕਸ਼ਨ 'ਚ ਰੱਖੂ ਪ੍ਰਾਣੀ ਨੂੰ ਵੀ ਪੰਨੜੀ ਨਹੀਂ ਹੈਗੀ ਇਹਨੂੰ ਕਲੈਕਸ਼ਨ 'ਚ ਰੱਖਾਂਗੇ ਹੱਚ ਪੁਰਾਣੀ ਲਾਈਟ ਹੱਚ ਪੁਰਾਣੇ ਮਾਡਲ ਵਾਲੀ ਲਾਈਟ ਮਿਲੀ ਨਹੀਂ ਹੈਗੀ ਜਿਹੜੀ ਵੱਡੀ ਗੱਲ ਹੈ ਪਿਛਲੀ ਵਾਰ ਪਤਾ ਕੀ ਹੋਇਆ ਮੈਂ ਇੱਕ ਨੇ ਕਸਣ ਲੱਗ ਗਿਆ ਆਹ ਚੀਜ਼ ਜਿਹੜੀ ਥੋੜ੍ਹੀ ਉਹ ਬਾਹਰੇ ਬੁਰੇ ਆ ਗਈ ਪੂਰਾ ਹੁਣ ਦੇਖ ਲਾ ਅੰਦਰਲੇ ਪਾਸੇ ਹੀ ਹੈ ਮੈਂ ਉਹੀ ਦੇਖਦਾ ਉੱਪਰ ਕਰੈਕ ਹੋ ਗਈ ਦੀ ਸਾਰੀ ਖਾਸ ਹੀ ਭੰਨੀ ਗਈ ਦੀ ਆ ਜਦੋਂ ਮੈਂ ਨਾਟਕ ਸੀ ਬੱਲਬ ਦੇਖ ਜਾਗਦਾ ਹਾਂ ਕੀ ਫੜਾ ਗਿਆ ਬਸ ਠੀਕ ਆ ਤੋ ਲਾਈਟ ਅਸੀਂ ਕਸਤੀ ਤੇ ਹੁਣ ਅਸੀਂ ਚੱਲਿਆ ਪਿੰਡ ਨੂੰ ਕੁਲਚੇ ਖਾਣੇ ਆ ਬਾਜ਼ਾਰ ਪੀਰੇ ਨਹੀਂ ਅਸੀਂ ਨਹੀਂ ਖਾਣੇ ਯਾਰ ਘਰ ਨੂੰ ਚੱਲ ਦੋ ਮੂਰੇ ਨੂੰ ਹੋ ਯਾਰ ਪਿੱਛੇ ਕਰ ਲੈ ਮੂਰੇ ਨੂੰ ਹੋ ਜਾ ਪਹਿਲਾਂ ਕੋਈ ਲੋਕੇਸ਼ਨ ਲਾ ਵੀ ਤਾਂ ਫੋਟੋ ਖਿੱਚੀਏ ਤੇ ਅਸੀਂ ਆਏ ਆ ਜੀ ਸੂਏ ਤੇ ਸੂਏ ਤੇ ਸਾਡਾ ਕੰਮ ਬਸ ਫੋਟੋਆਂ ਵੀਡੀਓ ਖਿੱਚਣ ਦਾ ਕਿਉਂਕਿ ਅਸੀਂ ਇੰਸਟਾਗ੍ਰਾਮ ਵਾਸਤੇ ਵੀ ਕੰਟੈਂਟ ਬਣਾਉਣਾ ਨਾ ਬ్రో ਚੱਲ ਫਿਰ ਹੁਣ ਇੱਕ ਫੋਟੋ ਬਣਾ ਰੀਲ ਬਣਾ ਦੇ ਇੱਕ ਵਾਰ ਫੋਟੋ ਬਣਾ ਮੈਂ ਕਿ ਲੰਮਾ ਨਿਕ ਹੋ ਗਿਆ ਮਾਤਰੀ ਨੇ ਇੱਥੇ ਟੰਗਿਆ ਤੇ ਆਪਦਾ ਕੋਟ ਮੈਂ ਹੋਰ ਗਾਣਾ ਸਲਾਹ ਤਾਂ ਮੇਰੀ ਉੱਥੇ ਟੰਗਣ ਦੀ ਸੀ ਪਰ ਉਹ ਤੱਕ ਮੇਰਾ ਹੱਥ ਗਿਆ ਨਹੀਂ ਹੁਣ ਇੱਥੇ ਟੰਗਿਆ ਗਿਆ ਤੇ ਲਹੂ ਪਤਾ ਨਹੀਂ ਉੱਥੇ ਜਾਏਗਾ ਉਹਨੇ ਲਾ ਲਿਆ ਓਏ ਲੈ ਹੁਣ ਫਿਰ ਚਾਂਸ ਦੇ ਮੈਨੂੰ ਇੱਕ ਵਾਰੀ ਜਾਣਾ ਵੀ ਨਹੀਂ ਪੈ ਤੂੰ ਵੀ ਲੈ ਜਾਣੀ ਉਹਦਾ ਕਿ ਲਹੀ ਇੱਥੇ ਰਹਿ ਦੇ ਓਏ ਹਾਰ ਰਾਣੀ ਦਬਣਾ ਨਹੀਂ ਚੱਲ ਚੱਲ
ਮੈਨ ਵਰਸਸ ਵਾਈਲਡ ਮੈਨ ਵਰਸਸ ਵਾਈਲਡ ਪ੍ਰਦੀਪ ਨੂੰ ਬਚਾ ਕੇ ਲੈ ਕੇ ਚੱਕ ਕੇ ਲੈ ਕੇ ਮੁੰਡੇ ਉਹ ਤਾਂ ਉਹ ਬਹਿ ਗਿਆ ਆਇਆ ਹੋਏ ਆਇਆ ਹੋਏ ਪਰੇ ਹੋ ਜਾ ਬਾਈ ਚੱਲ ਮੈਸੇਜ ਕਰ ਲੈਣਾ ਅਸੀਂ ਫੋਟੋਆਂ ਵੀਡੀਓ ਖਿੱਚ ਲੀਆਂ ਤੇ ਹੁਣ ਅਸੀਂ ਜਾਂਦੇ ਹਾਂ ਜਾਦੂਆ ਹੁਣ ਅਸੀਂ ਜਾਂਦੇ ਹਾਂ ਘਰ ਨੂੰ ਜਾਦੂਆ ਸ਼ਾਹ ਤੇ ਗਲਤ ਜਾ ਉੱਠਣਾ ਇੱਧਰ ਕੀ ਦੇਖਦੇ ਗੁੱਡੀ ਸਿਖਰਾਂ ਤੇ ਜੱਟ ਦੀ ਇਹ ਪਤੰਗ ਚਾੜ ਕੇ ਮਿਲਿਆ ਨੇ ਚੜ ਗਿਆ ਨਾ ਤੂੰ ਮੇਰੇ ਵੀ ਚੜਨਾ ਨਹੀਂ ਮੇਰੇ ਸਾਹਮਣੇ ਲੱਗ ਰਿਹਾ ਜੀ ਚਾੜ ਕੇ ਮਿਲਿਆ ਨੇ ਯਾਰ ਕੀ ਕਰੀ ਜਾਂਦਾ ਇੰਨੀ ਛੇਤੀ ਨਾ ਛੱਡ ਅਬੇ ਸਾਲੇ ਇੰਨੀ ਛੇਤੀ ਨਾ ਛੱਡ ਢਿੱਲ ਦੇਖੀ 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 ਗਿਆ ਉਹਦਾ ਗਿਆ ਵੈਸੇ ਮੈਂ ਕਹਿੰਦੀ ਆਪਣੇ ਪਿੰਡ ਪਤੰਗ ਬੈਨ ਨੇ ਬੈਨ ਤਾਂ ਹੈਗੇ ਨੇ ਪਰ ਸਾਡੇ ਵਰਗੇ ਦਾਬ ਦੇਣਾ ਕਿਵੇਂ ਕੋਠੇ ਦੇ ਬੰਦੇ ਕੱਟੇ ਕਰਨ ਦੇਖੋ ਇੰਨੇ ਜਾਣੇ ਖੜਨੇ ਸਾਡਾ ਇੱਕ ਪਤੰਗ ਆ ਹੋਰ ਕੋਈ ਵੀ ਨਹੀਂ ਉਹ ਵੀ ਨਹੀਂ ਦੀਦਾ ਹੈਗਾ ਕੋਈ ਨੀ ਪਤੰਗ ਚੜਦਾ ਸੀ ਕਿਉਂ ਚੜ ਰਿਹਾ ਇੰਨਾ ਇਕੱਠ ਇੰਨਾ ਸਸਪੈਂਸ ਕਿਉਂ ਬਣਾਇਆ ਜਾਣਦੇ ਰੋਕੀ ਨਾ ਬਣਾ ਲਿਆ ਕਰਾ ਲਈ ਵੇਚ ਜਾ ਯਾਰ ਓਏ ਪਤੰਗ ਵੈਸੇ ਤਾਂ ਅਸੀਂ ਜਾਣਾ ਸੀਗਾ ਵੀ ਕੱਲੂ ਚੱਕ ਲਿਆਵਾਂਗੇ ਉਹ ਡੱਬੀ ਜੀ ਤੇ ਅਸੀਂ ਕਹਿੰਦੇ ਲਾਜੇ ਲਿਆਉਣਾ ਨਾਲੇ ਕਿਉਂਕਿ ਕੱਲੂ ਅਸੀਂ ਜਾਣਾ ਆ ਖੰਨੇ ਬਾਕੀ ਖੰਨੇ ਕਿਸੇ ਨੂੰ ਕੱਲੂ ਬਲੌਗ ਬਣਾਵਾਂਗੇ ਕਹਿੰਦੇ ਲੈਣੇ ਕਿ ਲੈਣੇ ਕੱਪੜੇ ਕੁੱਪੜੇ ਤੇ ਮੈਂ ਇੱਕ ਪੱਗ ਲੈਣੀ ਆ ਸ਼ਾਇਦ ਦੋ ਪੱਗਾਂ ਲੈਣੀਆਂ ਨੇ ਬਾਕੀ ਉੱਥੇ ਦੇਖਾਂਗੇ ਤੇ ਪਤੰਗ ਵੀ ਲੈਣੇ ਆ ਕੀ ਪਤੰਗ ਵੀ ਲੈਣੇ ਨੇ ਪਤੰਗਾਂ ਵਾਲੇ ਪਤੰਗ ਵੀ ਦੇਖਣ ਆਵਾਂਗੇ ਉੱਥੇ ਬੁੱਢੇ ਬੁੱਢੇ ਛੋਟੇ ਛੋਟੇ ਸਾਰੇ ਪਤੰਗ ਦੇਖਣ ਪਤੰਗਾਂ ਰੇਟ ਦੱਸਾਂਗੇ ਤੇ ਲੈ ਕੇ ਵੀ ਆਪਾਂ ਉੱਥੇ ਉਹ ਮੈਂ ਕੀ ਕਰਾਂ ਕਿ ਆਪਾਂ ਫੋਟੋ ਖਿੱਚਣ ਵਾਸਤੇ ਕਿੰਨਾ ਫਰਕ ਆ ਉਹਦੇ ਉੱਤੇ ਕਿੰਨਾ ਹਨੇਰਾ ਉਹਦੇ ਵਿੱਚ ਕਿੰਨਾ ਸਾਫ਼ ਜਿਹਾ ਨਹੀਂ ਫੋਨ ਆਪਣੇ ਆਪ ਉਹ ਕਰ ਰਿਹਾ ਕੁਛ ਵੀ ਕਰ ਰਿਹਾ ਬਸ ਹੁਣ ਆਪਾਂ ਇੱਥੇ ਕਿਹੜਾ ਗਾਹਾਂ ਰੱਖੀ ਜਿੱਥੇ ਫੋਟੋਆਂ ਖਿੱਚੀਆਂ ਗਈਆਂ ਸੋਚਣਾ ਮੈਂ ਤੇਰਾ ਮਕਸ ਲੈ ਲਾ ਪਰ ਫਿਰ ਸੋਚਣਾ ਵੀ ਪੈਸੇ ਕਿੱਥੋਂ ਲਿਆਵਾਂ ਆਪਣੇ ਚੱਕ ਲੈ ਗਿਆ ਚੱਲ ਹੁਣ ਸ਼ਾਮ ਕਿੰਨੇ ਬਸ ਕਿੰਨੇ 2 ਕਿਲੋਮੀਟਰ ਆਇਆ ਦੇਖ ਰਹੇ ਬਸ ਆਹ ਚੱਕਣ ਬਸ ਅਸੀਂ ਬਾਈ ਵਿਹਲੇ ਹੁੰਦੇ ਨਾ ਫਿਰ ਆਈਕੋ ਕਰ ਦੇਣਾ ਠੰਡ ਪਈ ਆ ਫਿਰ ਵੀ ਆਇਆ ਬਸ ਸਰੇ ਦਿਮਾਗ ਨੇ ਸਾਡੇ ਸਰੇ ਨੈਕਸਟ ਲੈਵਲ ਹਾਲੇ ਜ਼ਿਆਦਾ ਨੈਕਸਟ ਲੈਵਲ ਨਹੀਂ ਦੇ ਦਿਮਾਗ ਤੋਂ ਬਾਈ ਮੈਂ ਜੇਬ 'ਚ ਪਾ ਲੈਣਾ ਕੀ ਕਰਨਾ ਇੱਕ ਬਾਈ ਦਾ ਕਮੈਂਟ ਆਇਆ ਵੀ ਆ ਕੋਟ ਇੰਨਾ ਤੋਂ ਵੱਧ ਕਾਹਦੇ ਪਾਉਣਾ ਮੈਂ ਤਾਂ ਇੰਨਾ ਵਾਲਾ ਕੋਟ ਵੱਧ ਪਾਉਣਾ ਕਿਉਂਕਿ ਕੋਟ ਘੈਂਟ ਹੀ ਪਾਉਂਦਾ ਬੜਾ ਜ਼ਿਆਦਾ ਹਲਕਾ ਕੰਫਰਟੇਬਲ ਅਤੇ ਠੰਡ ਨਹੀਂ ਲੱਗਦਾ ਮੈਂ ਕਰੀ ਰੱਖ ਕੇ ਆਇਆ
ਲੱਗ ਗਿਆ ਪੁਸਤਕਾ ਆਪ ਥੋੜਾ ਸੀਰੀਅਸ ਟੋਨ ਕਰੀ ਜਾਵੇ ਉਹ ਮੈਂ ਸ਼ੇਰ ਮੀਆਂ ਪਾਈ ਆਵਾਂ ਸਕੈਨ ਕਰੀ ਜਾ ਉਹ ਚੱਕਦਾ ਕਿਉਂ ਨਹੀਂ ਇਹ ਮੈਨੂੰ ਬਾਤ ਇੰਸਟਾਗ੍ਰਾਮ ਖੋਲ ਇੱਕ ਸ਼ਾਰਟਡ ਦਈ ਅੱਜ ਅੱਜ ਤਾਂ ਪਛਾੜ ਦਿੰਨੇ ਆ ਕਿਹਨੂੰ ਦੇ ਦਈਏ ਆ 70 ਡਾਟ ਅਭਿਸ਼ੇਕ ਬਾਈ ਨੂੰ ਦੇ ਦਿੰਨੇ ਆ ਥੈਂਕ ਯੂ ਬਾਈ ਕਮੈਂਟ ਵੀਡੀਓ ਤੇ ਕਮੈਂਟ ਕਰ ਲਈ ਆ ਫੜ ਚੱਲ ਮੇਰੇ ਪੁੱਤ ਤੂੰ ਅੱਜ ਦਾ ਵਲੋਗ ਪੂਰੀ ਐਡਿਟ ਕਰਦੇ ਜੇ ਵਲੋਗ ਵਿੱਚ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਬਟ ਕਰ ਦਿਓ ਬਾਕੀ ਆਵਾਜ਼ ਤੁਹਾਨੂੰ ਡਿਸਟਰਬ ਹੁੰਦੀ ਹੋ ਕਿਉਂਕਿ ਸਾਡੇ ਨਾ ਇੱਥੇ ਵਿਆਹ ਸਾਡੇ ਨਾਲ ਹੀ ਘਰ ਦੇ ਸਾਡੇ ਨਾਲ ਦੇ ਘਰ 'ਚ ਵਿਆਹ ਉੱਥੇ ਉਹਨਾਂ ਨੇ ਹੁਣ ਦੋ ਤਿੰਨ ਦਿਨ ਪਹਿਲਾਂ ਖੰਡ ਪਾਠ ਰਖਾਇਆ ਤਾਂ ਕਰਕੇ ਆਵਾਜ਼ ਜਾਇਆ ਹੋ ਰਿਹਾ ਤੇ ਮੇਰੇ ਤਾਂ ਤੁਹਾਨੂੰ ਪਗਲੇ ਲੋ ਤੱਕ ਤੱਕ ਲਿਖ ਬੈਠਾ ਸਾਡਾ ਕੱਲ ਨੂੰ ਅਸੀਂ ਪਤੰਗ ਲੈ ਕੇ ਆਵਾਂਗੇ ਦਿਖਾਵਾਂਗੇ ਤੁਹਾਨੂੰ ਬਹੁਤ ਸਾਰੇ ਲਿਆਉਣੇ ਨੇ ਦੇਖਦੇ ਬੜੇ ਤੋਂ ਬੜੇ ਛੋਟੇ ਤੋਂ ਛੋਟੇ ਇੱਕ ਤਾਂ ਡਿਫਰੈਂਟ ਜਿਹਾ ਵੀ ਲੈ ਕੇ ਆਵਾਂਗੇ।